ਸਤਿ ਬੋਲਾ ਦੇਣਾ ਚਾਹੁੰਦਾ। ਆਸ਼ੀਰਵਾਦ ਆਸ਼ੀਰਵਾਦ ਆਸ਼ੀਰਵਾਦ। ਲਓ ਵੀ ਦੋਸਤੋ, ਬੈਸਟ ਮੈਚਾਂ ਦੀ ਲੜੀ ਦੇ ਵਿੱਚ ਆਹ ਵਾਲਾ ਜਿਹੜਾ ਮੈਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇਹ ਮੈਚ ਮੁਕੰਦਪੁਰ ਦੇ ਟੂਰਨਾਮੈਂਟ ਦਾ। ਇਹ ਟੂਰਨਾਮੈਂਟ ਜਿਹੜਾ 4 ਦਸੰਬਰ 2022 ਨੂੰ ਕਰਵਾਇਆ ਗਿਆ। ਇੱਕ ਫਾਈਨਲ ਮੈਚ ਹੈ, ਇੱਕ ਪਾਸੇ ਬਾਓ ਅਕਬਰਪੁਰ ਦੀ ਟੀਮ ਸੀ, ਦੂਸਰੇ ਪਾਸੇ ਸ਼ਕਰਪੁਰ ਦੀ ਟੀਮ ਸੀ। ਤੁਹਾਨੂੰ ਦੱਸ ਦਈਏ ਕਿ ਜਿੱਤਣ ਵਾਲੀ ਟੀਮ ਦੇ ਲਈ 71,000 ਦਾ ਨਾਮ ਸੀ, ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਦੇ ਲਈ 51,000 ਦਾ ਨਾਮ ਸੀ, ਔਰ ਬੈਸਟ ਰਹਿਣ ਵਾਲੇ ਰੇਡਰ ਅਤੇ ਜਾਫੀ ਦੇ ਲਈ 4 ਟਰੈਕਟਰ ਸੀ। ਸੋ ਇਸ ਮੈਚ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਣੀ ਹੈ ਕਿ ਕਿਹੜਾ ਖਿਡਾਰੀ ਜਿਹੜਾ ਉਹ ਇਸ ਟਰੈਕਟਰ ਨੂੰ ਜਿੱਤਦਾ। ਫਾਈਨਲ ਮੈਚ ਹੋਣ ਦੇ ਕਰਕੇ ਲੋਕਾਂ ਦਾ ਇੰਟਰਸਟ ਵੀ ਇਸ ਮੈਚ ਦੇ ਵਿੱਚ ਕਾਫੀ ਬਣਿਆ ਹੋਇਆ ਸੀ। ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਜੇ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਸ਼ਕਰਪੁਰ ਦੇ ਵਿੱਚ ਖੇਡਣ ਵਾਲੇ ਖਿਡਾਰੀ ਸੀ ਸ਼ਹਿਜ਼ਾਦ ਅਲੀ, ਗੁਰਵਿੰਦਰ ਘਾਂਗਾ, ਬੁਲਟ ਖੀਰਾਂਵਾਲੀ, ਰਾਜਾ ਪੱਧਰੀ, ਔਰ ਇਸ ਤੋਂ ਇਲਾਵਾ ਲਵਲੀ ਇਸ ਟੀਮ ਦੇ ਵਿੱਚ ਖੇਡ ਰਹੇ ਸੀ। ਔਰ ਦੂਸਰੇ ਪਾਸੇ ਬਾਓ ਅਕਬਰਪੁਰ ਦੀ ਟੀਮ ਦੇ ਵਿੱਚ ਸ਼ੀਲੂ ਬਾਓ ਅਕਬਰਪੁਰ, ਮਨ ਸਿੰਘ ਦੁਲਟ, ਜੱਸੀ ਧੂੜ, ਮੱਤਾ ਬੋਲੀਆਂਵਾਲਾ, ਇਸ ਤੋਂ ਇਲਾਵਾ ਸੁਮਿਤ ਸਮਾਈ ਵੀ ਇਸ ਟੀਮ ਦੇ ਵਿੱਚ ਖੇਡ ਰਿਹਾ ਸੀ। ਦੋਸਤੋ, ਇਸ ਮੈਚ ਨੂੰ ਇੰਜੋਏ ਕਰੋ। ਜੇਕਰ ਇਹ ਮੈਚ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ, ਔਰ ਲਾਈਕ ਵਾਲਾ ਬਟਨ ਵੀ ਦੱਬ ਸਕਦੇ ਹੋ ਜੇ ਚੰਗਾ ਲੱਗਿਆ। ਜੇ ਚੰਗਾ ਨਾ ਲੱਗਿਆ ਤਾਂ ਲਾਈਕ ਵਾਲੇ ਬਟਨ ਨੂੰ ਹੱਥ ਵੀ ਨਹੀਂ ਲਾਉਣਾ। ਬਹੁਤ ਬਹੁਤ ਸ਼ੁਕਰੀਆ, ਇੰਜੋਏ ਕਰੋ ਇਸ ਮੈਚ ਨੂੰ। ਸਾਰਿਆਂ ਦੀ ਸਹਿਮਤੀ ਨਾਲ ਸਾਡੇ 30 ਤੇ 31 ਨੰਬਰ ਹੋਣਗੇ ਸੰਜੂ ਪ੍ਰਧਾਨ, ਖੇੜੀ ਗੁਜਰਾ ਵਾਲਾ ਵੀਰ, ਸਾਰੇ ਮਿੱਤਰ ਜਿਹੜੇ ਪੁੱਜੇ ਹੋਏ ਹਰੀ ਪੰਡਤ ਦੇ। ਸਾਡੇ 30 ਤੇ 31 ਨੰਬਰਾਂ ਦਾ ਫੈਸਲਾ ਜਿੱਤਾਂ ਹਾਰਾਂ ਦਾ ਹੋਵੇਗਾ। ਹੁਣ ਗਰਾਊਂਡ ਲੈਣੀ ਬੁੱਟੇ ਬਾਈ, ਆ ਜਾਓ ਥੋੜਾ ਥੋੜਾ ਸਾਈਡ ਤੇ। ਰਜੇਸ਼ ਬਾਈ ਹੋ ਜਾਓ ਸਾਈਡ ਤੇ। ਲਾਈਵ ਵਾਲੇ ਕੈਮਰੇ ਦੇ ਮੂਹਰੇ ਸਾਰੇ ਵੀਰ ਸਾਈਡ ਤੇ ਹੋ ਜਾਓ ਬਾਈ। ਫਾਈਨਲ ਮੈਚ ਦੀ ਪਹਿਲੀ ਕਬੱਡੀ, ਫਾਈਨਲ ਮੈਚ ਦੀ ਪਹਿਲੀ ਕਬੱਡੀ ਦੇਖਾਂ ਵੀ ਇਸ ਸਮੇਂ ਵਾਧਾ ਹੋਇਆ। ਚਾਰ ਜਾਫੀ ਨੇ ਲੈਣੀ ਵੀਰੇ, ਗਰਾਊਂਡ ਕਰ ਦੋ ਕਲੀਅਰ। ਆਓ ਸਾਹਮਣੇ ਕਬੱਡੀ ਪੈ ਰਹੀ ਹੈ, ਦੇਖਾਂ ਵੀ ਟੱਕਰ। ਆਓ ਟੱਕਰ ਟੱਕਰ ਸ਼ਿਲੂ ਦੇ ਨਾਲ ਪਹਿਲੀ ਰੇਡ ਤੇ ਖੜਕਾ ਦੜਕਾ ਨੰਬਰ ਬੁਲਟ ਆਪਣੀ ਟੀਮ ਦੇ ਸਿਰ ਜੋੜਦਾ ਹੈ। ਅਗਲੀ ਕਬੱਡੀ ਤੇ ਬੋਲ ਖੋਸੇ ਗੋਟਲੇ ਵਾਲੇ ਦੇ। ਲਓ ਸਾਹਮਣੇ ਧੂੜ ਵਾਲਾ ਜੱਸੀ, ਆਹ ਮੁੰਡਾ ਪਟਿਆਲੇ ਵਾਲਾ ਅਮਰੀਕ ਬਾਈ, ਵਾਧਾ ਹੋਇਆ ਕਬੱਡੀ ਪਾਉਣ ਦੇ ਲਈ। ਆਓ ਜੱਸੀ ਕਹਿੰਦੇ ਧੂੜ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ, ਵੱਡਾ ਪਿਆਰ ਤੇ ਸਤਿਕਾਰ ਦਿੱਤਾ ਜਾਵੇਗਾ। ਕਾਲਾ ਕਹਿੰਦੇ ਮਾਗੜੀਆਂ ਵਾਲਾ ਪੋਜਾ ਹੋਇਆ ਮੇਰੇ ਮਿੱਤਰੋ, 10 ਦਸੰਬਰ ਵੱਡਾ ਮੇਲਾ, ਪਰ ਅੱਜ ਕਹਿੰਦੇ ਧਰਤੀ ਮੁਕੰਦਪੁਰ ਦੀ। ਓ ਜੱਸੀ ਭੱਜ ਗਿਆ, ਜੱਸੀ ਧੂੜ ਵਾਲਾ ਨੰਬਰ ਦਾ ਵਾਧਾ ਕਰਨ ਆਇਆ ਰੇਡ ਪਾਉਣ। ਓ ਬਾਈ ਕੌਣ ਆ ਗਿਆ, ਆਓ ਸਾਜੀ ਕਬੱਡੀ ਪਾ ਰਿਹਾ ਹਰੀ ਪੰਡਤ ਦਾ ਮੇਲਾ। ਆਓ ਫਾਈਨਲ ਖੇਡਿਆ ਜਾ ਰਿਹਾ, ਆਓ ਫਾਈਨਲ ਖੇਡਿਆ ਜਾ ਰਿਹਾ, ਆਓ ਸਾਜੀ ਦੀ ਕਬੱਡੀ ਕੇ ਅੱਲਾ ਹੂਰ ਆਵਾਜ਼ਾਂ ਆਵੇ, ਕੁੱਲੀ ਦੀ ਫਕੀਰ ਦੀ ਵਿੱਚੋਂ। ਆਓ ਅੱਲਾ ਹੂਰ ਆਵਾਜ਼ਾਂ ਆਵੇ, ਕੁੱਲੀ ਦੀ ਫਕੀਰ ਦੀ ਵਿੱਚੋਂ। ਅਗਲੀ ਕਬੱਡੀ ਤੇ ਬੋਲ ਅਮਰੀਕ ਬਾਈ ਦੇ ਸਾਹਮਣੇ, ਕਿਵੇਂ ਕਬੱਡੀ ਪੈਂਦੀ ਆ ਮੇਰੇ ਮਿੱਤਰੋ, ਇਹ ਕਹਿੰਦੇ ਮੱਤਾ ਬੋਲੀਆਂ ਵਾਲਾ। ਅੱਜ ਦੇ ਦਿਨ ਦਾ ਫਾਈਨਲ ਮੈਚ ਦਸਤਾਨ ਟਰੈਕਟਰ ਹੈ, 71 ਪ੍ਰਾਈਜ ਹੈ, ਜ਼ਿਲ੍ਹਾ ਮੁਹਾਲੀ ਹੈ, ਇਲਾਕਾ ਡੇਰਾ ਬੱਸੀ ਦਾ। ਉਹ ਪੜਾ ਕੇ
ਭੱਜ ਗਿਆ ਬੱਤਾ ਭੱਜ ਗਿਆ। ਉਧਰ ਨਵਜੋਤ ਤੇ ਹਰੀ ਪੰਡਿਤ ਕਹਿੰਦੇ ਜੋ ਸ਼ਿੰਨੂ ਜਫਾ ਲਾਵੇ ਵਾਹਿਗੁਰੂ ਮੇਰ ਕਰੇ ਫੋੜ ਕਿੱਧਰ ਨੂੰ ਜਾਣਗੇ ਤੇ ਸਮਾਂ ਦੱਸੇਗਾ ਪਾਲੀ ਉਸਤਾਦ ਕਰਵਾ ਦੋ ਬਾਈ ਮੈਂ ਸ਼ੁਰੂ ਰੋਕੋ ਨਾ ਬਾਈ ਵੜ ਕੇ ਸਾਢੇ ਤੀਹ ਇਕੱਤੀ
ਫੈਸਲੇ ਜੁੱਤਾ ਹਾਰਾ ਦੇ ਹੋਣਗੇ ਉਹਦੇ ਵੀਰ ਸਿੰਘ ਜੀ ਢਿੱਲੋਂ ਚੰਦਰ ਸਿੰਘ ਦਾ ਪੋਤਾ ਟਰਾਈ ਕਰਦਾ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੌਜਵਾਨ ਬੁਲਟ ਆ ਗਿਆ ਕਾਲੂ ਹਰੀ ਦਾ ਕਹਿੰਦੇ ਪਿਆਰ ਆਏ ਡਰ ਕਹਿੰਦੇ ਸੁੱਡੂ ਸਾਡੇ ਆਓ ਸਾਹਿਬ ਹੋਣੀ ਦਾ ਪਿਆਰ ਆਓ ਕਹਿੰਦੇ ਭੱਲੇ 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 ਅੱਜ ਜਿਹੜੇ ਮੁਹਾਲੀ ਦੇ ਵਿੱਚ ਜਿਹੜੇ ਮੁਹਾਲੀ ਦੇ ਵਿੱਚ ਕਬੱਡੀ ਕੱਪ ਚੱਲਦਾ ਉਹ ਬੁਲਟ ਭੱਜ ਗਿਆ ਅੱਜ ਥੋੜ ਦਿੱਤੇ ਜਾਣਗੇ ਉਹਦੇ ਕਹਿੰਦੇ ਰਾਜ ਸ਼ਰਮਾ ਬਕਤਪੁਰ ਸਾਜੀ ਵੀ ਰੇਟ ਤੇ ਕਹਿੰਦੇ 500 ਰੁਪਏ ਜਾਵੇਗਾ ਉਧਰ ਸਾਹਿਬ ਗੁੱਜਰ ਤੇ ਕਾਲੂ ਗੁੱਜਰ ਪਿਆਰ ਹੈ ਕਹਿੰਦੇ ਮੁੰਡਿਆਂ ਦਾ ਔਰ ਸ਼ੀਲੂ ਦੇ ਨਾਲ ਪਰ ਮੇਲਾ ਕਹਿੰਦੇ ਹੁਣੇ ਪੰਡ ਪੁਣੇ ਦਾ ਚੱਲਦਾ ਮੇਰੇ ਮਿੱਤਰੋ ਧਰਤੀ ਬਕਤਪੁਰ ਦੀ ਉਹਦੇ ਵੀਰ ਸਿੰਘ ਜੀ ਬੈਠੇ ਹੋਏ ਨੇ ਆਓ ਸਾਜੀ ਭੱਜ ਗਿਆ ਆਓ ਸਾਜੀ ਭੱਜ ਗਿਆ ਸਾਜੀ ਭੱਜ ਗਿਆ ਅੱਜ ਫੋੜ ਉਹ ਕੋਈ ਕਹਿੰਦਾ ਫੋੜ ਹਰਿਆਣੇ ਨੂੰ ਜਾਣਗੇ ਕੋਈ ਕਹਿੰਦਾ ਫੋੜ ਆਹ ਦਵਾਬੇ ਨੂੰ ਜਾਣਗੇ ਹਰੀ ਪਿੰਡ ਤੂੰ ਨਹੀਂ ਸੋਨੂ ਜੂਆ ਸਾਹਿਬ ਵਿੱਚ ਰਹਿੰਦਾ ਜਿਹੜੇ ਭਰਾ ਨੇ ਆਹ ਕਸ਼ਟਾਂ ਨੂੰ ਫੋੜ ਦੇਣੇ ਆ ਆਹ ਕਸ਼ਟਾਂ ਨੂੰ ਫੋੜ ਦੇਣੇ ਆ ਅਗਲੀ ਕਬੱਡੀ ਆਹ ਖੀਰਾਵਾਲ ਪਿੰਡ ਹੈ ਆਹ ਦੁਨੀਆ ਬਕਤਪੁਰ ਦੇ ਵਿੱਚ ਕਬੱਡੀ ਹੋ ਰਹੀ ਹੈ ਉਹ ਦੇਖਾਂਗੇ ਕੌਣ ਕਿਹਨੂੰ ਠੱਲਦਾ ਕੌਣ ਕਿਹਨੂੰ ਠੱਲਦਾ ਉਹ ਸਵਾਰ ਪਾਉਣਾ ਮੇਲਾ ਬਕਤਪੁਰ ਦਾ ਚੱਲਦਾ ਉਹ ਸਾਹਮਣੇ ਸ਼ਿੰਨੂ 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 ਉਹ ਸ਼ਿੰਨੂ ਅੱਜ ਤੇ ਬਕਤਪੁਰ ਸ਼ਿੰਨੂ ਆਇਆ ਹੋਇਆ ਲੱਗਦਾ ਆਹ ਮੇਲੇ ਤੋਂ ਬਾਅਦ ਵੀ ਇੱਕ ਮਹੀਨਾ ਮਾਝੇ ਵਾਲਾ ਭਾਈ ਆ ਸਾਹਮਣੇ ਰਾਜਾ ਪੱਧਰੀ ਵਾਲਾ ਆ ਰਾਜਾ ਪੱਧਰੀ ਵਾਲਾ ਰਾਜਾ ਤੇ ਮੱਤਾ 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 ਤੇ ਰਾਜਾ ਮੱਤਾ ਬੋਲੀਆਂ ਵਾਲਾ ਕਹਿੰਦੇ ਰਾਜੇ ਨੇ ਫੜ ਲਿਆ ਪਿੰਦਰ ਗਿੱਲ ਸ਼ਿਲੂ ਦੇ ਹਰ ਇੱਕ ਜੱਥੇ ਦਾ ਇੱਕ ਇੱਕ ਹਜ਼ਾਰ ਹੈ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਸ਼ਿਲੂ ਦੀ ਟੀਮ
ਸਾਹਿਲ ਗੁੱਜਰ, ਕਾਲੀ ਗੁੱਜਰ, ਸ਼ੈਂਟੀ ਗੁੱਜਰ ਇਹਨਾਂ ਵੀਰਾਂ ਨੇ ਸਪਾਂਸਰ ਕੀਤੀ ਹੈ ਟੀਮ ਜਿਹੜੀ ਬਾਹੂ ਅਕਬਰ ਪ੍ਰਿੰਟ ਦੀ ਇਹਨਾਂ ਵੀਰਾਂ ਨੇ ਸਪਾਂਸਰ ਕੀਤੀ ਹੈ। ਮੈਚ ਰੋਕੋ ਨਾ ਵੀਰੋ, ਕਰਵਾਓ ਸ਼ੁਰੂ। ਕੱਟ ਵੀ ਵੱਡਾ ਵੱਡਾ ਮੇਲਾ ਹੈ, ਇਹ ਵੱਡਾ ਮੇਲਾ ਹੈ ਬਕੰਤਪੁਰ ਦੀ ਧਰਤੀ। ਵੀਰਾਂ ਜੀ ਮੈਚ ਸ਼ੁਰੂ ਕਰ ਦੋ, ਕਿਉਂਕਿ ਜਿਹੜੇ ਭਰਾ ਲਾਈਵ ਦੇਖਦੇ ਆ ਉਹਦਾ ਵੀ ਪ੍ਰੋਬਲਮ ਆਉਂਦੀ ਨੇ। ਚਲੋ ਮੈਚ ਰੋਕੋ, ਇਹ ਕਹਿੰਦੇ ਸਾਜੀ ਕਬੱਡੀ ਪਾਉਣ ਦੇ ਵੀ ਵਧਿਆ ਹੋਇਆ ਮੇਰੇ ਮਿੱਤਰੋ। ਇਹ ਵੀ ਦੁਨੀਆਂ ਦਾ ਵੱਡਾ ਮੱਲਾ, ਇਹ ਵੀ ਮੁੰਡਾ ਦੁਨੀਆਂ ਦਾ ਵੱਡਾ ਮੱਲਾ ਮੇਰੇ ਮਿੱਤਰੋ। ਆਓ ਕਹਿੰਦੇ ਸਾਜੀ ਇਸ ਵੇ ਸ਼ਕਰਪੁਰ ਦੀ ਧਰਤੀ ਦਾ, ਆਓ ਕਹਿੰਦੇ ਮੁੰਡੇ ਨੇ ਟੱਚ ਕਰ ਦਿੱਤਾ, ਭੰਗੜੇ ਪਾ ਦਿੱਤੇ ਨੇ। ਅੱਜ ਕਹਿੰਦੇ ਪੱਤ ਦਾ ਸਿਰਾ ਹੋਣ ਵਾਲੀ ਗੱਲ ਆ, ਅੱਜ ਕਹਿੰਦੇ ਬਕੰਤਪੁਰ ਦੇ ਮੇਲੇ ਦੇ ਵਿੱਚ ਸਾਡੀ ਪੰਡ ਹੋਣਾ ਦੇ ਮੇਲੇ ਤੇ ਅੱਜ ਦਾ ਸਿਰਾ ਹੋਇਆ ਪਿਆ। ਆਹ ਵੇਖੋ ਵੀ ਅਸਲੇ ਹਾਂ ਮੈਂ ਮਤਵਾਲ ਦੀ ਧਰਤੀ ਦਾ ਕਿੱਲ ਗੱਡ ਕੇ ਚਿਪ ਕੱਟ ਕੇ ਕੀਤੀ ਠੋਕੇ ਤਸੱਲੀ ਵਾਲੀ ਝੰਡ ਮਿੱਤਰੋ। ਆਹ ਰਾਜੇ ਖੇਲੇ ਅੱਜ ਦਾ ਵੀ ਸਿਰਾ ਹੋ ਗਿਆ, ਧਣਕੀ ਸਰੀਰਾਂ ਵਾਲੀ ਕੱਟ ਮਿੱਤਰੋ। ਹਾਂ ਰਾਜੇ ਖੇਲੇ ਅੱਜ ਦਾ ਵੀ ਸਿਰਾ ਹੋ ਗਿਆ, ਝੜਕੀ ਸਰੀਰਾਂ ਵਾਲੀ ਕੱਟ ਮਿੱਤਰੋ। ਅਗਲੀ ਰੇਡ ਕਿਹੜੇ ਗੱਭਰੂ ਨੇ ਪਾਉਣੀ ਹੈ? ਲੈ ਵੀ ਸਾਡੀ ਪੱਗ ਤੋਂ ਵਾਰ ਕਹੇ ਯਾਰਾ, ਵੇਲਾ ਚੋਟੀ ਦਾ ਹੋ ਗਿਆ। ਅਗਲੀ ਕਬੱਡੀ ਕਿਹੜੇ ਗੱਭਰੂ ਨੇ ਪਾਉਣੀ? ਸਮਾਂ ਦੱਸੇਗਾ ਇਧਰ ਪਾਣੀ ਪਾਣੀ ਪੁੱਜਦਾ ਕਰਕੋ ਬਾਈ ਫਾਊਂਡੇਸ਼ਨ ਵਾਲਿਆਂ ਨੇ ਐਲਾਨ ਕਰ ਦਿੱਤਾ, ਜਦੋਂ ਹੁਣ ਜੱਫਾ ਲੱਗੇਗਾ 500 ਦੇ ਮਾਣ ਦਿੱਤੇ ਜਾਣਗੇ। ਜੇ ਮੈਚ ਹੁਣ ਰੁਕਿਆ ਤੇ ਹਰਿਆਣੇ ਵਾਲੇ ਮੁੰਡੇ ਕਹਿੰਦੇ ਮੈਚ ਛੱਡ ਕੇ ਚੱਲ ਜਾਣਾ, ਜੇ ਰੋਕਦੇ ਕਿਉਂ ਇਹ ਨਹੀਂ ਪਤਾ ਲੱਗਦਾ। ਭਰਾ ਬਣ ਕੇ ਦਰਸ਼ਕ ਸਵਾਦ ਲੈਣ ਆਇਆ, ਸਵਾਦ ਲੈਣ ਦੇ ਵੀਰ ਜੀ, ਵਾਧੂ ਵੀਰ ਗਰਾਊਂਡ ਤੋਂ ਬਾਹਰ ਹੋ ਗਏ। ਪਾਣੀ ਬੰਦ ਕਰ ਦੋ ਯਾਰ, ਪਾਣੀ ਪਾਣੀ ਬਾਹਰ, ਪਾਣੀ ਵਾਲਾ ਬਾਈ ਗਰਾਊਂਡ ਚ ਹੋਵੇ, ਪਾਣੀ ਪੀਣ ਨੂੰ ਵੀ ਨਹੀਂ ਦੇਣਾ ਯਾਰ, ਪਾਣੀ ਪੀਣ ਨੂੰ ਵੀ ਨਹੀਂ ਦੇਣਾ ਯਾਰ, ਪਾਣੀ ਪੀਣ ਨੂੰ ਵੀ ਨਹੀਂ ਦੇਣਾ। ਜਾਫੀ ਨੂੰ ਦੇਵੇ, ਰੇਡਰ ਨੂੰ ਪਾਣੀ ਨੂੰ ਦੇਣਾ ਯਾਰ। ਵੇਲਾ ਖਰਾਬ ਕਰਦੇ ਹੋ, ਲੋਕ ਯਾਰ ਗਾਲਾਂ ਕੱਢਦੇ ਹੋ। ਏਡਾ ਵੱਡਾ ਮੈਚ ਹੈ, ਜੇ ਏਦਾਂ ਕਰੋ ਜੇ ਪਾਣੀ ਪਿਆਉਣਾ ਉਧਰ ਦਾ ਕੋਚ ਉਧਰ ਪਾਣੀ ਪਿਆਵੇ, ਉਧਰ ਦਾ ਕੋਚ ਉਧਰ ਪਾਣੀ ਪਿਆਵੇ, ਸਹੀ ਹੈ ਨਾ? ਉਧਰ ਦਾ ਕੋਚ ਉਧਰ ਪਾਣੀ ਪਿਆਵੇ, ਉਧਰ ਦਾ ਕੋਚ ਉਧਰ ਪਾਣੀ ਪਿਆਵੇ। ਹਾਂ ਵਾਧੂ ਵੀਰ ਨਾ ਹੋਵੇ, ਆਓ ਸ਼ਾਜੀ ਆ ਗਿਆ ਇਹਨੇ ਬਾਈ ਫਾਊਂਡੇਸ਼ਨ ਵੱਲੋਂ ਐਲਾਨ ਆਓ, ਜਿਹੜਾ ਹੁਣ ਜੱਥਾ ਲਊ 500 ਦਿੱਤਾ ਜਾਊ। ਆਹ ਦੁਨੀਆਂ ਦੇ ਗੱਡਰ ਨੇ, ਦੁਨੀਆਂ ਦੇ ਮੰਨੇ ਪਰਮੰਨੇ ਨੇ, ਲਓ ਸ਼ਾਜੀ ਦਾ ਅੱਜ ਕੱਲ੍ਹ ਟਾਈਮ ਚੱਲਦਾ, ਅੱਜ ਜਿੰਨੇ ਸ਼ਾਦੀ ਤੇ ਅੱਜ ਕਿਵੇਂ ਮਾਰੀਆ ਥਾਪੀ, ਅੱਕੇ ਨੇ ਮਾਰੀਆ ਥਾਪੀ, ਅੱਕੇ ਨੇ ਮਾਰੀਆ ਥਾਪੀ। ਉਹ ਸਾਹਮਣੇ ਕਹਿੰਦੇ ਮੱਤਾ ਬੋਲੀਆਂ ਵਾਲਾ ਕਬੱਡੀ ਪਾਉਂਦੇ ਨੇ ਵਧਿਆ ਹੋਇਆ ਮੇਰੇ ਮਿੱਤਰੋ। ਵੱਡੇ ਕੱਲ ਕਬੱਡੀ ਦੇ ਉਹ ਲਵਲੀ ਵਰਗੇ, ਉਹ ਪਰਵਿੰਦਰ ਵਰਗੇ, ਉਹ ਰਾਜੇ ਵਰਗੇ, ਕਾਕੇ ਵਰਗੇ, ਰਾਜਾ ਪੱਧਰੀ ਵਾਲਾ ਆ ਗਿਆ ਹੈ ਮੈਂ ਦੱਸ ਤੁਝ ਪਹਿਲੇ
ਨੇ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਕਣੀ ਧੂੜ ਦੇ ਪਿੰਡ ਦਾ ਮੇਰੇ ਮਿੱਤਰੋ ਆਹ ਜੱਸੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਟਿਆਲੇ ਵਾਲੇ ਦੀ ਕਬੱਡੀ ਆ ਉੱਪਰ ਕਹਿੰਦੇ ਰਾਜਾ ਪੱਧਰੀ ਵਾਲਾ ਰਾਜਾ ਪੱਧਰੀ ਵਾਲਾ ਪੱਧਰੀ ਵਾਲਾ ਪੱਧਰੀ ਵਾਲਾ ਅਟਾਰੀ ਬਾਰਡਰ ਦੇ ਇਲਾਕੇ ਦਾ ਪਰ ਕਹਿੰਦੇ ਜੱਸੀ ਇੱਕ ਤਗੜਾ ਨੰਬਰ ਜੋੜਦਾ ਹੋਇਆ ਤਗੜਾ ਨੰਬਰ ਜੋੜ ਗਿਆ ਹਰਪ੍ਰੀਤ ਸਾਡਾ ਵੀਰ ਔਰ ਨਾਲੀ ਸੁਨੀਲ ਫੁੱਦਰ ਹੋ ਗਿਆ ਆ ਪੰਜ ਫਾਰਮਾਸ਼ੀਆਂ ਵਾਲੇ ਵੱਲੋਂ ਜਿਹੜੇ ਪਟਿਆਲੇ ਵਾਲਾ ਅੱਜ ਕਹਿੰਦੇ ਟਰੈਕਟਰ ਚਿੱਤਣ ਨੂੰ ਫਿਰਦਾ ਅੱਜ ਟਰੈਕਟਰ ਚਿੱਤਣ ਨੂੰ ਫਿਰਦਾ ਉਹ ਟਰੈਕਟਰ ਚਿੱਤਣ ਨੂੰ ਫਿਰਦਾ ਪਰ ਚਿੱਤੇ ਕਿਸੇ ਚਾਲਾ ਜਾਣਾ ਉਹ ਸੋਢੀ ਅਮਰੀਕਾ ਦੇ ਵਿੱਚ ਰਹਿੰਦਾ ਅਰੀ ਪਟਪੁੜੀ ਵਾਲਾ ਦੇ ਯਾਰ ਨੇ ਵੱਡਾ ਮੇਲਾ ਚੱਲਦਾ ਵੱਡੇ ਵੀਰ ਕਰ ਗੱਲ ਵੱਡੇ ਵੱਡਾ ਮੇਲਾ ਚੱਲਦਾ ਹਨੀ ਪੰਡਤ ਦਾ ਮੇਲਾ ਚੱਲਦਾ ਕੋਈ ਮਜ਼ਾਕ ਥੋੜੀ ਆ ਅਮਨ ਕਹਿੰਦਾ ਜ਼ਰੂਰ ਬੋਲੋ ਉਹ ਸਾਡੇ ਵੀਰ ਨੇ ਨਾ ਸ਼ਾਦੀ ਆ ਮੇਰੇ ਮਿੱਤਰੋ ਬਾਜ ਫਾਊਂਡੇਸ਼ਨ ਵਾਲਾ ਵੱਲੋਂ ਹਰ ਇੱਕ ਜੱਥਾ 500 ਦਾ ਮੇਰੇ ਮਿੱਤਰੋ ਹੁਣ ਚਾਰ ਨੇ ਸ਼ਿਲੂ ਆ ਉਹ ਸ਼ਿਲੂ ਦਾ ਵੀਰ ਆ ਸਮੇਂ ਤੋਂ ਸਵਾਇ ਦੀ ਧਰਤੀ ਦਾ ਨਾ ਦੇਖੋ ਵੀ ਹੱਸਦੇ ਹਾਂ ਪੁਆਇੰਟ ਕਹਿੰਦੇ ਸ਼ਾਦੀ ਵੇਲੇ ਆ ਹਨੀ ਪਿੰਡ ਤੋਂ ਖੁਸ਼ ਆ ਪੰਡ ਦਾ ਮੁੰਡੇ ਕਹਿੰਦੇ ਇੱਕ ਵਾਰੀ ਕਹਿੰਦੇ ਹਰੀ ਮਜ਼ਾਕ ਥੋੜੀ ਗੱਲਾਂ ਖੋਸੇ ਵਾਲੇ ਧਰਤੀ ਦਾ ਦੱਸੀ ਆ ਦੁਨੀਆਂ ਦੇ ਕੱਟ ਜਾਫੀ ਦੇ ਗੁਰਵਿੰਦਰ ਕਾਂਗੇ ਦੀ ਧਰਤੀ ਦਾ
ਜਿਹੜਾ ਬਾਹਰ ਆ ਜਾਓ ਕਿਰਪਾ ਕਰਕੇ ਲਾਈਵ ਵਾਲੇ ਭਰਾਵਾਂ ਨੂੰ ਦੇਖ ਲੈਣ ਤੋਂ ਬਾਹਰ ਆ ਜਾਓ ਵੀਰਾ ਜੀ ਉਹ ਬੱਲੇ ਬੱਲੇ ਰਾਜਾ ਪੱਗੜੀ ਵਾਲਾ ਦੇ ਉੱਪਰ ਹਾਂ ਵਾਲੇ ਨੇ ਆਪਣਾ ਪਾਡਾ ਕਰ ਦਿੱਤਾ ਭਾਈ ਆਇਆ ਸਵਾਦ ਜਿੱਲੂ ਦੀ ਟੀਮ ਦੇ ਸਪੋਂਸਰ ਦੇ ਵੀਰ ਨੇ ਉਧਰ ਡਾਕਟਰ ਕਾਲਾ ਡਾਕਟਰ ਸੋਟੂ ਨੰਬਰਦਾਰ ਤੇ ਸ਼ੀਸ਼ ਪੰਡਤ ਉਹਨਾਂ ਵੱਲੋਂ 1000 ਲਾਡੀ ਨੂੰ ਦੱਸਾ ਲਾਵੇ 1000 ਦਿੱਤਾ ਜਾਵੇਗਾ ਲਾਡੀ ਸਾਡੇ ਵੱਲੋਂ 500 ਲਾਡੀ ਸਾਡੇ ਵੱਲੋਂ ਵੀ 500 ਦਿੱਤਾ ਜਾਵੇਗਾ ਇਹ ਆ ਸ਼ਾਦੀ ਮੇਰੇ ਮਿੱਤਰੋ ਕੈਮਰੇ ਦੇ ਮੂਹਰੇ ਆ ਜਾਓ ਸੋਨੂੰ ਅਮਰੀਕਾ ਵੱਲੋਂ ਫੋੜਦੇ ਮੇਰੇ ਮਿੱਤਰੋ ਅੱਜ ਕਹਿੰਦੇ ਅਮਰੀਕਾ ਵਾਲੇ ਸੋਨੂੰ ਵੱਲੋਂ ਫੋੜਦੇ ਬਾਜ ਫੋੜਦੇ ਵੱਲੋਂ ਪਹਿਲਾ ਪ੍ਰਾਇਆ ਅਕਤ ਵੱਲੋਂ ਦੂਜਾ ਪ੍ਰਾਇਆ ਹਾਂ ਮਾਹੀ ਪਹਿਲ ਹੋਣਾ ਨਾ ਅਕਤ ਹੋਣਾ ਦਾ ਮੇਲਾ ਚੱਲਦਾ ਉਹਦੇ ਵੀਰ ਸਿੰਘ ਢਿੱਲੋਂ ਵੱਲੋਂ 5 ਲੱਖ ਰੁਪਏ ਦੀ ਵੱਡੀ ਬਣਾ ਲਾ ਹਾਂ ਪੱਟਾ ਦੇ ਅਮਰੀਕਾ ਥਾਪੀਆਂ ਵੱਜਦੀਆਂ ਨੇ ਹਾਂ ਭੰਗੜੇ ਤੈਨੂੰ ਮੁਬਾਰਕਾਂ ਦਿੰਦੇ ਆ ਭਰਾ ਸਾਡੇ ਮੁਬਾਰਕਾਂ ਦਿਖਾਉਂਦੀ ਆ ਰੂਸੀ ਜੀ ਸਾਡੇ ਲੱਕੀ 55,000 ਦੇ ਯੋਗਦਾਨ ਵੀ ਲੱਕੀ ਆ ਮਸੀ ਹੁਣਾਂ ਦੇ ਉਧਰ ਕਹਿੰਦੇ 73 ਗਿਰ ਲੋੜੀ ਤੇ ਨਾਲ ਨਵਜੋਤ ਮਸੀ ਜ਼ਿਲ੍ਹਾ ਪ੍ਰਧਾਨ ਮੁਹਾਲੀ ਯੂਥ ਕਾਂਗਰਸ ਥਾਪੜੇ ਵੀਰ ਸਾਡੇ ਉਹ ਵੱਡੇ ਪਿਆਰ ਉਹ ਆ ਕੀ ਬਣ ਗਿਆ ਸ਼ਾਦੀ ਆ ਗਿਆ ਹਾਂ ਸਾਹਮਣੇ ਵੇਖੋ ਵੀ ਉਸ ਸਮੇਂ ਉਹ ਸ਼ਾਦੀ ਸ਼ਾਦੀ ਉਧਰ ਲਾਈਵ ਚੱਲਦਾ ਉਹ ਯੂਟਿਊਬ ਵਾਲੋ ਲੈ ਦੋ 50 ਵਜੂਦੇ ਨੇੜੇ ਖਿੱਚ ਕੇ ਵੇਲਾ ਪਤਾ ਦੂਰ ਚੱਲਦਾ ਬੰਦੇ ਬਾਈ ਹਾਂ ਘੈਂਟ ਵੀਰਾਂ ਦਾ ਕਿੱਲ ਵੀਰਾਂ ਦਾ ਹਨੀ ਪੈਂਟ ਮਹੋੜਾ ਦਾ ਮੇਲਾ ਇਹ ਆ
ਧਰਤੀ ਦਾ ਹਰ ਮਾਝੇ ਵਾਲਾ ਬੰਦਾ ਹੋਇਆ ਗੁਰਵਿੰਦਰ ਘਾਂਗਾ ਰਾਜਾ ਪੱਧਰੀ ਪੁਆਇੰਟ ਮੱਤੇ ਦੇ ਲਈ ਮੈਂ ਵੀ ਖੋਸੇ ਕੋਟਰੇ ਆ ਰਿਹਾ ਉਹ ਆ ਗਿਆ ਜਿਹਦਾ ਅੱਜ ਕੱਲ ਦੌਰ ਦੌਰ ਚੱਲਦਾ ਉਧਰ ਸ਼ਾਜੀ ਨੂੰ ਸ਼ਿੰਦੂ ਜੱਫਾ ਲਾਵੇ ਹਜ਼ਾਰ ਰੁਪਈਆ ਸਾਡੇ ਡਾਕਟਰ ਸਾਹਿਬ ਹੋਣੀ ਕਾਲਾ ਡਾਕਟਰ ਸੋਢੂ ਨੰਬਰਦਾਰ ਅਸ਼ੀਸ਼ ਪੰਡਿਤ ਵੀਰ ਨੇ ਸਾਡੇ ਉਹ ਪੜਾਕੇ ਪੈਂਦਿਆ ਉਹ ਬੱਲੇ ਬੱਲੇ ਬਲਹੂ ਰਿਕਾਰਡ ਬਣਦਿਆਂ ਰਿਕਾਰਡ ਤੋੜਨਗੇ ਅੱਜ ਹਰੀ ਪੰਡਿਤ ਹੁਣ ਦੇ ਮੇਲੇ ਦੇ ਮੇਰੇ ਮਿੱਤਰੋ ਆਹ ਗੱਲਾਂ ਵੱਖਰੀਆਂ ਨੇ ਦੁਨੀਆਂ ਦੇ ਗੱਡਰ ਝਾਜਾ ਦੀਆਂ ਚਾਦਰਾਂ ਵਰਗੇ ਪੁੱਜੇ ਹੋਏ ਨੇ ਵੱਡੇ ਮੱਲ ਨੇ ਮੇਰੇ ਮਿੱਤਰੋ ਭਾਈ ਜੀ ਸ਼ੁਰੂ ਕਰ ਦੋ ਸ਼ੁਰੂ ਕਰ ਦੋ ਉਧਰ ਰੱਖੇ ਐਮਸੀ ਪਿੱਤਰ ਖਿੱਲ ਸਾਡੇ ਐਮਸੀ ਸਾਹਿਬ ਜ਼ਿਲ੍ਹਾ ਪ੍ਰਧਾਨ ਦੇ ਮੈਂ ਪਹਿਲਾਂ ਆਖਿਆ ਕਿ ਕਾਂਗਰਸ ਦੇ ਵਿੱਚ ਬਹੁਤ ਵੱਡਾ ਨਾਮ ਵੱਡਾ ਰੋਲ ਪੈਸੇ ਕੋਲ ਦੇ ਕਰਦੇ ਵੱਡਾ ਧੰਨਵਾਦ ਹੈ ਬਈ ਲੜਦਾ ਜੀ ਮੇਰੇ ਵੀਰ ਹੋ ਤੁਸੀਂ ਭਾਈ ਹੋ ਸਾਡੇ ਵੱਡੇ ਬਈ ਆਪਾਂ ਲੜਨਾ ਜੀ ਆਪਾਂ ਰੋਜ਼ ਇਕੱਠੇ ਰਹਿਣਾ ਹਜ਼ਾਰਾਂ ਦੀ ਗਿਣਤੀ ਚ ਇੱਥੇ ਇਕੱਠ ਤੇ ਹਜ਼ਾਰਾਂ ਦੀ ਗਿਣਤੀ ਚ ਸਾਡੇ ਰੱਬ ਵਰਗੇ ਤੁਹਾਨੂੰ ਦੇਖ ਰਹੇ ਆ ਉਹ ਕੌਡੀ ਪੈ ਗਈ ਹੁਣ ਬਾਅਦ ਤੁਸੀਂ ਆ ਗਿਆ ਫੋੜ ਜਿੱਤਣੇ ਅੱਜ ਕੋਈ ਖਾਣਾ ਜੀ ਦਾ ਵਾੜਾ ਵਾੜਾ ਨਹੀਂ ਇਧਰੋਂ ਬਹੁਤ ਤੇ ਸ਼ੈਟੀ ਉਹਨਾਂ ਦੀ ਟੀਮ ਆ ਬਾਹੂ ਅਕਬਰ ਬਣੋ ਹਾਂ ਤੁਸੀਂ ਆ ਧੂੜ ਦੇ ਧਰਤੀ ਦਾ ਵੀਰਾ ਜੀ ਗਰਾਊਂਡ ਕਿਰਪਾ ਕਰਕੇ ਖੀਰਾ ਵਾਲੀ ਪਿੰਡ ਦਾ ਬੋਲਟ ਆ ਗਿਆ ਪੁੱਟ ਮੁੜ ਗਿਆ ਪੁੱਟ ਮੁੜ ਗਿਆ ਧਰਤ ਕਹਿੰਦੇ ਮਾਝੇ ਦੀ ਆ ਮਾਝਾ ਵੀ ਸਾਡਾ ਦੁਆਬਾ ਵੀ ਸਾਡਾ ਤੇ ਕਹਿੰਦੇ ਮਾਲਵਾ ਵੀ ਸਾਡਾ ਦੁਆਬ ਵੀ ਸਾਡਾ ਆ ਪੱਧਰੀ ਵਾਲਾ ਪੱਧਰੀ ਵਾਲਾ ਪੱਧਰੀ ਵਾਲਾ ਪੱਧਰੀ ਵਾਲਾ ਸਾਹਿਬ ਕਹਿੰਦੇ 1500 ਦੇਣਾ
ਸਾਜੀ ਤੇਰੇ ਲਈ 1500 ਆ ਸ਼ੀਸ਼ ਹੋਣੀ 1500 ਹੋ ਜਵੇ ਕਾਲਾ ਉਹਦੇ ਗੁਰਦਵਾਰ ਸਾਹਿਬ ਬੈਠੇ ਨੇ ਉਹ ਬੋਲੇ 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 ਸ਼ਿੰਗੂ ਗੁਰਪ੍ਰੀਤ ਥੋੜੀ ਸ਼ੀਲੂ ਨੇ ਜੱਫੇ ਦੇ ਉੱਪਰ 1000 ਸ਼ੀਲੂ ਨੇ ਪੁਲਟ ਪੁਲਟ ਕੇ ਸ਼ੀਲੂ ਸਾਡੇ ਲੰਬੜਦਾਰ ਸਾਹਿਬ ਵੱਡਾ ਪਿਆਰ ਹੈ ਵੱਡਾ ਸਤਿਕਾਰ ਹੈ ਹਾਂਜੀ ਸ਼ਾਦੀ ਆ ਗਿਆ ਹਨੀ ਪੰਡਤ ਖੁਸ਼ ਹੈ ਅਸ਼ੀਸ਼ ਪੰਡਤ ਲੰਬੜਦਾਰ ਸਾਹਿਬ ਕਹਿੰਦੇ 1000 ਹੋਰ ਦਿੱਤਾ ਜਾਵੇਗਾ 1500 ਹੋਰ ਸਾਹਮਣੇ ਗੋਡੀ ਪੈ ਗਈ ਵੱਡੇ ਬਾਈ ਹਾਂ ਸਾਹਮਣੇ ਵੇਖੋ ਵੀ ਦੱਸੀ ਉੱਧਰ ਕਹਿੰਦੇ ਹਣੀ ਗੁੱਜਰ ਹੈ ਵੀ ਹਣੀ
ਪੰਡਤ ਮੁਬਾਰਕਾਂ ਤੈਨੂੰ, ਤੇਰੇ ਯਾਰ, ਤੇਰੇ ਭਰਾ, ਤੇਰਾ ਪਿੰਡ, ਤੇਰਾ ਜ਼ਿਲ੍ਹਾ, ਤੇਰਾ ਇਲਾਕਾ। ਸਾਜੀ ਭੱਜ ਗਿਆ, ਚੋਟੀ ਦਾ ਮੇਲਾ ਚੱਲਦਾ। ਬਸ ਤੁਹਾਡੇ ਜਿਸੇ ਤਰ੍ਹਾਂ ਪਿਆਰ ਰਵੇ ਤੇ ਚੰਦਰਿਓ ਘਾਟਾ ਕੀ ਆ, ਤੁਹਾਡੇ ਚ ਪਿਆਰ ਰਵੇ ਉਹੀ ਸੁੱਖਾ ਸੁੱਖ ਰਿਹਾ ਵੀ ਲੋਕਾਂ ਦਾ ਪਿਆਰ, ਦਰਸ਼ਕਾਂ ਦਾ ਪਿਆਰ ਮਿਲਦਾ ਰਵੇ ਕਬੱਡੀ ਦੇ ਪਲੇਅਰਾਂ ਨੂੰ। ਆ ਗਿਆ ਮੇਰਾ ਰਾਜਾ ਪੰਦਰੀ ਵਾਲ ਦੇ ਮੱਤਾ, ਉਹ ਭੱਜ ਗਿਆ ਮੇਰੇ ਮਿੱਤਰੋ। ਹਾਂ ਪਾਂਡਕਿਆਂ ਨੇ ਮੱਤੇ ਨੇ ਜੋੜ ਦਿੱਤਾ, ਪਾਂਡਕਿਆਂ ਨੇ ਮੱਤੇ ਨੇ ਜੋੜ ਦਿੱਤਾ। ਐਨ ਸਿਰੇ ਦਾ ਫਾਈਨਲ ਚੱਲਦਾ, ਐਨ ਸਿਰੇ ਦਾ ਫਾਈਨਲ ਚੱਲਦਾ। ਇਹ ਆ ਸਰਿਆ ਦਾ ਵੀਰ, ਆ ਮਲੂਕ ਦਾ ਵੀਰ ਆ ਗਿਆ। ਕਿੰਨੇ ਮਲੂਕ ਦੇ ਵੀਰ ਦੀ ਕਬੱਡੀ ਪੈ ਰਹੀ ਹੈ ਉਧਰ, ਕਹਿੰਦੇ ਸਤਨਾਮ ਦੇ ਵਾਲੀ ਜਾ ਰਹੀ ਹੈ, ਕਹਿੰਦੇ ਬਬਲੂ ਦੀ, ਬਬਲੂ ਅਮਰੀਕਾ ਦੇ ਵਿੱਚ ਰਹਿੰਦਾ। ਵੱਡੀਆਂ ਮੁਬਾਰਕਾਂ ਨੇ ਸਾਡੇ ਭਰਾ ਵੱਲੋਂ, ਇੱਧਰ ਸ਼ੀਲੂ ਤੇ ਉਧਰ ਵੀਰ। ਕਹਿੰਦੇ 1500 ਮਿਲਣਾ ਡਾਕਟਰ ਕਾਲਾ ਸ਼ੀਸ਼ਮ ਪੰਡ ਦੇ ਨੰਬਰਦਾਰ ਸਾਹਿਬ। ਹਾਂਜੀ ਵੱਡੇ ਬਾਈ, ਹਾਂ ਸ਼ੀਲੂ ਸ਼ਾਦੂ ਵੱਡੇ ਮੱਲ, ਵੱਡੇ ਮੱਲ, ਹਾਂ ਸ਼ਾਦੂ ਤੇਰੇ ਫਿਰਦਾ, ਹਾਂ ਸ਼ਾਦੂ ਕਹਿੰਦੇ ਫੋੜ ਜਿੱਤਣ ਨੂੰ ਫਿਰਦਾ, ਹਾਂ ਫੋੜ ਜਿੱਤਣ ਨੂੰ ਫਿਰਦਾ। ਲੈਣੀ ਹਨੀ ਥੋੜੇ ਐਮਸੀ ਤਿੰਦਰ ਕਿੱਲ ਸ਼ੀਲੂ, 1000 ਦੇ ਰਾਜ ਕੀਤੀ
ਪੱਟੇ ਵੱਲ ਫੜ ਲੈ, ਪੱਟੇ ਵੱਲ ਫੜ ਲੈ, ਆਓ ਰੇਡ ਵੇਖਾਂਗੇ ਮੇਰੇ ਮਿੱਤਰੋ। ਇਹ ਕੱਸੀ ਆ ਜਿਹੜੇ ਧੂਰ ਪਿੰਡਦਾ, ਲਓ ਕੱਸੀ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ। ਰੋਟਾ ਪਾਉਂਦੀਆਂ ਜੱਸੇ ਲੱਗਦੇ, ਲਲਕਾਰੇ ਵੱਜਦੇ ਆ, ਅੱਜ ਤਾੜੀ ਵੀ ਤਾੜਾ ਵੱਜਦਾ, ਅੱਜ ਤਾੜੀ ਵੀ ਤਾੜਾ ਵੱਜਦਾ। ਬੈਸਟਾਂ ਨੂੰ ਫੋੜ, ਲਓ ਕੱਸੀ ਧੂੜ ਕਹਿੰਦੇ ਕਬੱਡੀ ਪਾ ਰਿਹਾ। ਯਾਰ ਕਬੱਡੀ ਦੀ ਗੱਲ ਕਰ ਲੈ, ਦੋ ਭਰਾ ਬਣ ਕੇ ਕੱਠ ਘਟਾ ਦੇ ਵੀਰ ਬਣ ਕੇ ਮੈਚ ਸਮਾਪਤ। ਲਓ ਦੋਸਤੋ, ਮੈਚ ਤੁਸੀਂ ਦੇਖ ਲਿਆ। ਇਸ ਮੈਚ ਦੇ ਵਿੱਚ ਹੁਣ ਫੋਰ ਟਰੈਕਟਰਾਂ ਦੀ ਗੱਲ ਥੋੜ੍ਹੀ ਜਿਹੀ ਮੈਂ ਤੁਹਾਨੂੰ ਬਾਅਦ 'ਚ ਦੱਸੂੰਗਾ, ਪਹਿਲਾਂ ਤੁਹਾਨੂੰ ਦੋਨੋਂ ਟੀਮਾਂ ਦੇ ਪੁਆਇੰਟ ਦੱਸਦਿਆਂ। ਬਾਊ ਅਕਬਰਪੁਰ ਦੇ ਰਹੇ ਨੇ 31 ਪੁਆਇੰਟ ਔਰ ਸ਼ਕਰਪੁਰ ਦੇ ਰਹੇ ਨੇ 28.5 ਪੁਆਇੰਟ। ਹੁਣ ਜਿਹੜੇ ਬੈਸਟ ਰਹਿਣ ਵਾਲੇ ਰੇਡਰ ਅਤੇ ਜਾਫੀ, ਮਤਲਬ ਟਰੈਕਟਰ ਕਿਹਨਾਂ ਨੂੰ ਗਏ ਨੇ, ਤਾਂ ਇੱਕ ਟਰੈਕਟਰ ਜਿਹੜਾ ਜਾਫੀਆਂ ਵਾਲਾ ਉਹ ਗਿਆ ਜੀ ਸ਼ੀਲੂ ਬਾਊ ਅਕਬਰਪੁਰ ਨੂੰ, ਔਰ ਜਿਹੜਾ ਰੇਡਰਾਂ ਵਾਲਾ ਟਰੈਕਟਰ ਹੈ ਉਹ ਗਿਆ ਜੀ ਸ਼ਹਿਜ਼ਾਦ ਅਲੀ ਨੂੰ। ਤੁਹਾਨੂੰ ਇਹ ਮੈਚ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ, ਲਾਈਕ ਔਰ ਸ਼ੇਅਰ ਕਰਨਾ ਨਹੀਂ ਭੁੱਲਣਾ ਜੇਕਰ ਇਹ ਮੈਚ ਤੁਹਾਨੂੰ ਵਧੀਆ ਲੱਗਿਆ। ਬਹੁਤ ਬਹੁਤ ਸ਼ੁਕਰੀਆ, ਅੱਗੇ ਤੋਂ ਹੋਰ ਬਹੁਤ ਸਾਰੇ ਮੈਚ ਲੈ ਕੇ ਆਉਂਦੇ ਰਹਾਂਗੇ। ਧੰਨਵਾਦ।